ਦਰਸ਼ਕੋ, ਜਦੋਂ ਦਾ ਕਰਤਾਰਪੁਰ ਕੋਰੀਡੋਰ ਸ਼ੁਰੂ ਹੋਇਆ ਹੈਗਾ 9 ਨਵੰਬਰ ਤੋਂ, ਹੁਣ ਤੱਕ 49,256 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਜਾ ਕੇ 49,256 ਇਹ ਜੇ ਦੇਖਿਆ ਜਾਵੇ ਜਿਹੜੀ ਗਿਣਤੀ ਆ ਇਹ ਕੰਪੈਰੇਟਿਵਲੀ ਬਹੁਤ ਘੱਟ ਹੈਗੀ ਆ। ਉਹਦੇ ਬਨਿਸਬਤ ਕਿ 5,000 ਸ਼ਰਧਾਲੂ ਡੇਲੀ ਜਾ ਸਕਦੇ ਹੈਗੇ ਆ। ਉਹਦਾ ਜਿੰਨੇ ਕਿ ਉਹ ਅਸੀਂ ਇੰਟਰਵਿਊ ਕਰਦੇ ਹਾਂ ਜਾਂ ਵੱਖ ਵੱਖ ਸ਼ਰਧਾਲੂਆਂ ਨੂੰ ਮਿਲਦੇ ਹੈਗੇ ਆ, ਮੇਨ ਉਹ ਹੀ ਪਾਸਪੋਰਟ ਦੀ ਸਮੱਸਿਆ 'ਤੇ ਕਰਦੇ ਹੈਗੇ ਆ। ਪਿੱਛੇ ਜੇ ਪਾਕਿਸਤਾਨ ਗੌਰਮੈਂਟ ਦਾ ਬਿਆਨ ਸੀ, ਉਹ ਵੀ ਸਰਕਾਰ ਸੋਚ ਰਹੀ ਹੈਗੀ ਆ ਵੀ ਅਸੀਂ ਪਾਸਪੋਰਟ ਫਰੀ ਜਿਹੜੀ ਐਂਟਰੀ ਦੇਣ ਬਾਰੇ ਵਿਚਾਰ ਕਰੀਏ, ਕਿਉਂਕਿ ਉਹਦੇ ਬਾਰੇ ਰਿਵਾਈਜ਼ ਐਗਰੀਮੈਂਟ ਗੌਰਮੈਂਟ ਆਫ ਇੰਡੀਆ ਨਾਲ ਹੋਣ ਦੀ ਸੰਭਾਵਨਾ ਹੈਗੀ ਆ। ਜਿੰਨੀ ਦੇਰ ਤੱਕ ਕੋਈ ਰਿਵਾਈਜ਼ ਐਗਰੀਮੈਂਟ ਜਾਂ ਆਧਾਰ 'ਤੇ ਜਾਂ ਹੋਰ ਕੋਈ ਜਿਹੜੀਆਂ ਦੋਨੋਂ ਮਿਊਚੁਅਲੀ ਗੌਰਮੈਂਟ ਸਹਿਮਤ ਹੋਣ ਉਹਦੇ ਨਾਲ ਐਂਟਰੀ ਹੋ ਜਾਏਗੀ, ਮਤਲਬ ਪਾਸਪੋਰਟ ਤੋਂ ਬਗੈਰ, ਫਿਰ ਇਹ ਜਿਹੜਾ ਕੋਰੀਡੋਰ ਵਾਕਿਆ ਪਿਕਅਪ ਹੋ ਜਾਏਗਾ। ਜੋ ਇਹਦਾ ਰੀਅਲ ਪਰਪਜ਼ ਹੈਗਾ ਉਹ ਪੂਰਾ ਹੋ ਜਾਏਗਾ, ਕਿਉਂਕਿ ਜਿਹੜੀਆਂ 72 ਸਾਲਾਂ ਦੀਆਂ ਅਰਦਾਸਾਂ ਹੈਗੀਆਂ ਸਿੱਖ ਸ਼ਰਧਾਲੂਆਂ ਦੀਆਂ ਉਹ ਪੂਰੀਆਂ ਹੋ ਸਕਣਗੀਆਂ। ਇਹਦੇ ਨਾਲ ਨਾਲ ਇਹ ਖਬਰ ਹੈਗੀ ਆ, ਹੁਣ ਤੱਕ 49,256 ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ। ਲੰਬੀ ਅਤੇ ਜਟਿਲ ਪ੍ਰਕਿਰਿਆ ਕਾਰਨ ਸ਼ਰਧਾਲੂਆਂ ਦਾ ਉਤਸ਼ਾਹ ਮੱਠਾ। ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਸਿੰਪਲ ਪ੍ਰੋਸੀਜਰ ਕਰੇ ਅਤੇ ਨਾਲ ਪਾਸਪੋਰਟ ਬਣਿਆ ਵੱਡਾ ਡਿੱਕਾ, ਡੇਰਾ ਬਾਬਾ ਨਾਨਕ ਵੀ ਨਹੀਂ ਖੁੱਲ੍ਹਿਆ ਪਾਸਪੋਰਟ ਦਫ਼ਤਰ। ਖਬਰ ਆ, ਭਾਰਤ ਅਤੇ ਪਾਕਿਸਤਾਨ ਦਰਮਿਆਨ ਬੋਲਚਾਲ ਬੰਦ ਹੋਣ ਅਤੇ ਕਈ ਤਾਕਤਾਂ ਵੱਲੋਂ ਰੋੜੇ ਅਟਕਾਉਣ ਦੇ ਬਾਵਜੂਦ ਵੀ 9 ਨਵੰਬਰ 2019 ਨੂੰ ਬਿਨਾਂ ਵੀਜ਼ੇ ਤੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਸੀ। ਭਾਵੇਂ ਇਸ ਪਵਿੱਤਰ ਦਿਨ ਇਸ ਨਾਲ ਸੰਬੰਧਿਤ ਸਮਾਗਮਾਂ ਮੌਕੇ ਵੀ ਕਾਂਗਰਸ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਖਿੱਚੋਤਾਣ ਅਤੇ ਸਿਹਰਾ ਲੈਣ ਦੀ ਦੌੜ ਲੱਗੀ ਰਹੀ, ਪਰ ਇਹ ਲਾਂਘਾ ਇਤਿਹਾਸ ਦੇ ਪੰਨੇ 'ਤੇ ਯਾਦਗਾਰੀ ਹੋਰ ਨਿਬੜਨ ਦੇ ਬਾਵਜੂਦ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਕਿਸੇ ਹੋਰ ਪਾਰਟੀ ਅਤੇ ਧਾਰਮਿਕ ਸੰਸਥਾ ਵੱਲੋਂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਅਤੇ ਉਹਨਾਂ ਨੂੰ ਆ ਰਹੀਆਂ ਔਕੜਾਂ 'ਚੋਂ ਕੱਢਣ ਲਈ 3 ਮਹੀਨਿਆਂ ਬਾਅਦ ਵੀ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਗਿਆ। ਇਸ ਦਾ ਨਤੀਜਾ ਇਹ ਨਿਕਲਿਆ, ਸਮਝੌਤੇ ਮੁਤਾਬਕ ਇੱਕ ਦਿਨ 5,000 ਸ਼ਰਧਾਲੂਆਂ ਦੀ ਗਿਣਤੀ ਦਾ ਟੀਚਾ ਤਾਂ ਕੀ ਪੂਰਾ ਕਰਨਾ ਸੀ, ਔਸਤਨ 500 ਸ਼ਰਧਾਲੂਆਂ ਦੀ ਗਿਣਤੀ ਵੀ ਪਾਰ ਨਾ ਹੋ ਸਕੀ। ਹੁਣ ਤੱਕ ਸੰਗਤ ਨੇ ਦਰਸ਼ਨ ਕੀਤੇ ਆ 49,256 ਨੇ ਕੀਤਾ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵਾਲੀ ਡੇਰਾ ਬਾਬਾ ਨਾਨਕ ਲਾਂਘੇ ਰਾਹੀਂ ਵੱਖ ਵੱਖ ਦਿਨਾਂ ਦੌਰਾਨ ਸੰਗਤਾਂ ਨੇ ਹਾਜ਼ਰੀ ਭਰੀ, ਜਿਹਦੇ ਵਿੱਚ ਇਹ ਪੂਰਾ ਬ੍ਰੇਕਅਪ ਹੈਗਾ। ਜਿਵੇਂ 9 ਨਵੰਬਰ ਨੂੰ 562 ਗਏ ਸੀ, 10 ਨੂੰ 174, ਮਤਲਬ ਐਵਰੇਜ ਦਰਸ਼ਕੋ ਇਹ ਗਿਣਤੀ 2-300-400-500 ਇਸ ਹਿਸਾਬ ਨਾਲ ਇਹ ਹੋ ਰਹੀ ਹੈਗੀ, ਜਿਹੜੀ ਕਿ ਮਤਲਬ ਬਹੁਤ ਜ਼ਿਆਦਾ ਘੱਟ ਹੈਗੀ ਆ। ਇੱਕ ਪਾਸੇ ਬਾਰਡਰ 'ਤੇ ਜਾਂਦੇ ਬਹੁਤ ਉਤਸ਼ਾਹ ਮਿਲਦਾ ਹੈਗਾ ਸਾਨੂੰ ਸ਼ਰਧਾਲੂਆਂ ਵਿੱਚ, ਪਰ ਉਹ ਇਹ ਚੱਕਰ ਵਿੱਚ ਫਸ ਜਾਂਦੇ ਔਨਲਾਈਨ ਪ੍ਰਕਿਰਿਆ ਕਰਕੇ। ਇਸ ਤਰ੍ਹਾਂ ਹੀ ਇਹ ਕੀ ਆ, ਲੰਬੀ ਅਤੇ ਜਟਿਲ ਪ੍ਰਕਿਰਿਆ। ਭਾਵੇਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵੱਲੋਂ ਇੱਕ ਦਿਨ ਵਿੱਚ 5,000 ਸ਼ਰਧਾਲੂਆਂ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਤਹਿਤ ਸਮਝੌਤਾ ਕੀਤਾ ਸੀ, ਪਰ ਔਸਤਨ ਰੋਜ਼ਾਨਾ 500 ਸ਼ਰਧਾਲੂਆਂ ਦੀ ਗਿਣਤੀ ਵੀ ਪਾਰ ਨਹੀਂ ਹੋ ਰਹੀ। ਇਸ ਦਾ ਮੁੱਖ ਕਾਰਨ ਬਹੁਤੇ ਸ਼ਰਧਾਲੂਆਂ ਕੋਲ ਪਾਸਪੋਰਟ ਦਾ ਨਾ ਹੋਣਾ ਦੱਸਿਆ ਜਾਂਦਾ ਹੈਗਾ। ਇਹ ਤਾਂ ਇੱਕ ਬਹੁਤ ਵੱਡੀ ਹੈਗੀ ਆ।
ਇਸ ਤਰ੍ਹਾਂ ਹੀ ਜਿਹੜੀ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਵੈਬਸਾਈਟ ਆ ਔਨਲਾਈਨ ਰਜਿਸਟ੍ਰੇਸ਼ਨ ਕਰਨਾ, ਇਹ ਵੀ ਇੱਕ ਜਿਹੜਾ ਹੈਗਾ ਕੰਬਰਸਮ ਪ੍ਰੋਸੈਸ ਹੈਗਾ। ਇਹ ਰਜਿਸਟ੍ਰੇਸ਼ਨ ਸ਼ਰਧਾਲੂ ਵੱਲੋਂ ਨਿਰਧਾਰਤ 15 ਦਿਨ ਦਾ ਉਹਦੇ ਵਿੱਚ ਕੁਸ਼ਨ ਪੀਰੀਅਡ ਹੈਗਾ। ਮੰਨ ਲਓ ਜੇ ਤੁਸੀਂ ਜਾਣਾ ਹੈਗਾ 15 ਦਿਨ ਬਾਅਦ ਤਾਂ ਪਹਿਲਾਂ ਤੁਹਾਨੂੰ ਕਰਾਉਣੀ ਪਏਗੀ। ਉਹਦੇ ਵਿੱਚ 15 ਦਿਨ ਬਹੁਤ ਜ਼ਿਆਦਾ, 7-8 ਦਿਨ ਦਾ ਹੋਵੇ ਤਾਂ ਵੀ ਵੀਕਲੀ ਬੇਸਿਸ 'ਤੇ ਸ਼ਰਧਾਲੂ ਪਲੈਨ ਕਰ ਸਕਦੇ ਹੈਗੇ ਆ। ਇਹਦੇ ਨਾਲ ਨਾਲ ਜੇ ਪ੍ਰੋਸੀਜਰ ਸਿੰਪਲੀਫਾਈ ਹੋ ਜਾਵੇ ਤਾਂ ਫਿਰ ਤਾਂ ਵਾਰੇ ਨਿਆਰੇ ਹੋ ਜਾਣ, ਸ਼ਰਧਾਲੂਆਂ ਦੀ ਗਿਣਤੀ ਜਿਹੜੀ ਹੈਗੀ ਆ 5,000 ਤੋਂ ਵੀ ਟੱਪ ਸਕਦੀ ਹੈਗੀ ਹੈ। ਇਸ ਤਰ੍ਹਾਂ ਹੀ ਜਦੋਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਉਹਨਾਂ ਨੂੰ ਪੁੱਛੀਦਾ ਹੈਗਾ ਤਾਂ ਉਹ ਕਹਿੰਦੇ ਉਹਨਾਂ ਕੋਲ ਪਾਸਪੋਰਟ ਨਹੀਂ ਹਨ, ਇਸ ਕਰਕੇ ਉਹ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਆ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਪਾਸਪੋਰਟ ਰਾਹੀਂ ਗੁਰਦੁਆਰਾ ਸਾਹਿਬ ਜਾਣ ਦੀ ਇਸ ਜਟਲ ਪ੍ਰਕਿਰਿਆ 'ਤੇ ਕੁਛ ਗੌਰ ਕਰਿਆ। ਅੱਗੇ ਇਹਦੇ ਨਾਲ ਆ ਪ੍ਰੋਜੈਕਟਾਂ ਦੀ ਕੋਈ ਉਕਸੁਕ ਨਹੀਂ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਹੋਏ ਸਮਾਗਮਾਂ ਵਿੱਚ ਸਥਾਨਕ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੜੇ ਜ਼ੋਰ ਸ਼ੋਰ ਨਾਲ ਐਲਾਨ ਕੀਤਾ ਸੀ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਕਸਬੇ ਜੌੜੀਆਂ ਕਲਾਂ ਵਿੱਚ ਵਿਰਾਸਤੀ ਹਵੇਲੀ ਬਣਾਈ ਜਾਏਗੀ। ਵਿਰਾਸਤ ਏ ਖਾਲਸਾ ਦੀ ਤਰਜ਼ 'ਤੇ ਇਸ ਦਾ ਵਿਸਥਾਰ ਕਰਕੇ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਇਆ ਜਾਏਗਾ। ਡੇਰਾ ਬਾਬਾ ਨਾਨਕ ਦੇ ਮੁੱਖ ਬਾਜ਼ਾਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੀ ਸੜਕ ਨੂੰ ਹੈਰੀਟੇਜ ਸਟਰੀਟ ਬਣਾਉਣ ਦੀ ਵੀ ਗੱਲ ਭਾਸ਼ਣਾਂ ਵਿੱਚ ਕੀਤੀ ਗਈ ਸੀ, ਪਰ ਦਰਸ਼ਕੋ ਇਹ ਪੋਲੀਟੀਸ਼ੀਅਨਾਂ ਦੇ ਭਾਸ਼ਣ ਹੀ ਰਹਿ ਗਏ ਹੈਗੇ। ਇਹਨਾਂ ਯੋਜਨਾ ਨੂੰ ਨੇਪਰ ਚਾੜ੍ਹਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਰਾਸਤੀ ਖੋਜ ਕੇਂਦਰ ਦੇ ਮਾਹਰ ਬੁਲਾਏ ਸਨ। ਸਥਾਨਕ ਨਗਰ ਕੌਂਸਲ ਨੂੰ ਵੀ ਰਾਸ਼ੀ ਦਿੱਤੀ ਗਈ ਸੀ, ਪਰ ਉਹਨਾਂ ਨੇ ਵੀ ਅਜੇ ਤੱਕ ਕੁਛ ਨਹੀਂ ਕੀਤਾ ਹੈਗਾ। ਜਿੱਥੇ ਇਸ ਤਰ੍ਹਾਂ ਲਾਂਘਾ ਖੜ੍ਹਾ ਸੀ ਜਾਂ ਸ਼ਹਿਰ ਖੜ੍ਹਾ ਸੀ, ਲਗਭਗ ਉੱਥੇ ਕਈ ਇਹ ਖੜ੍ਹਾ ਹੈਗਾ। ਇਸ ਮੌਕੇ ਸ਼ਰਧਾਲੂਆਂ ਦੀ ਖਿੱਚ ਲਈ ਫੂਡ ਸਟਰੀਟ ਬਣਾਉਣ ਦਾ ਵੀ ਪ੍ਰੋਜੈਕਟ ਸਰਕਾਰ ਵੱਲੋਂ ਬੜੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰਿਆ ਗਿਆ ਸੀ, ਪਰ ਇਸ ਸੰਬੰਧੀ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਹੁੰਦੀ ਨਹੀਂ ਦਿੰਦੀ। ਪੋਲੀਟੀਸ਼ੀਅਨਾਂ ਦੇ ਤਾਂ ਤੁਹਾਨੂੰ ਪਤਾ, ਜੇ ਕੰਮ ਕਰਦੇ ਨੂੰ ਕੰਮ ਕਰਦੇ, ਨਹੀਂ ਤਾਂ ਇਹਨਾਂ ਦੇ ਤਾਂ ਲਾਰੇ ਹੁੰਦੇ ਹੈਗੇ। ਦਰਸ਼ਕੋ ਇੱਕ ਹੋਰ ਬਹੁਤ ਇੰਪੋਰਟੈਂਟ ਖਬਰ ਹੈ, ਜਿਵੇਂ ਟਾਈਟ ਸਿਕਿਉਰਿਟੀ ਫੋਰ ਦਿੱਲੀ ਅਕਾਊਂਟਿੰਗ। ਜਿਵੇਂ ਸਾਨੂੰ ਪਤਾ ਹੈਗਾ 8 ਫਰਵਰੀ ਨੂੰ ਦਿੱਲੀ ਵਿੱਚ ਜਿਹੜੀ ਚੋਣ ਹੋਈ ਸੀ, ਜਿਹਦੇ ਅੱਜ ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਹੈਗੇ। ਮੁੱਖ ਮੁਕਾਬਲਾ ਭਾਵੇਂ ਆਪ ਅਤੇ BJP ਵਿੱਚ ਦੱਸਿਆ ਜਾਂਦਾ ਹੈਗਾ, ਹੁਣ ਤੱਕ ਜਿਹੜੇ ਹੈਗੇ ਸਵੇਰ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਹੈਗੇ ਆ। ਦੇਖੋ ਕੇਜਰੀਵਾਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਉਹਨਾਂ ਨੇ ਇੱਕ ਸਹੀ ਮਾਇਨਿਆਂ 'ਚ ਕੀ ਗਵਰਨੈਂਸ ਹੁੰਦੀ ਹੈਗੀ ਉਹ ਦੇਣ ਦੀ ਕੋਸ਼ਿਸ਼ ਕੀਤੀ। ਸਕੂਲ ਵਧੀਆ ਬਣਾਏ ਹੈਗੇ, ਜਿਹੜਾ ਹੈਲਥ ਸਿਸਟਮ ਠੀਕ ਕੀਤਾ, ਵਾਟਰ ਅਤੇ ਸੀਵਰੇਜ ਸਿਸਟਮ ਕੀਤਾ, ਬਿਜਲੀ ਦਾ ਸਿਸਟਮ ਠੀਕ ਕੀਤਾ, ਉਹਦੇ ਕਰਕੇ ਉਹ ਬਹੁਤ ਪਾਪੂਲਰ ਹੈਗੇ। ਇੱਕ ਪਾਸੇ ਪੂਰੀ BJP ਦੀ ਤਾਕਤ ਲੱਗੀ ਹੋਈ ਸੀ ਅਤੇ ਆਪਣੇ ਕੈਪਟਨ ਅਮਰਿੰਦਰ ਸੀ, ਕਾਂਗਰਸ ਵੀ ਸੀ, ਪਰ ਹੁਣ ਤੱਕ ਰੁਝਾਨਾਂ ਮੁਤਾਬਕ 70 ਵਿੱਚੋਂ 50 ਦਾ ਜਿਹੜਾ ਹੈਗਾ ਸੀਟਾਂ ਇਹਨਾਂ ਦੀਆਂ ਆਉਣ ਦੀਆਂ ਸੰਭਾਵਨਾ ਹੈਗੀ ਆ ਆਪ ਦੀ। ਇਹ ਇੱਕ ਵਾਕਿਆ ਬਹੁਤ ਵੱਡੀ ਜਿੱਤ ਹੈਗੀ ਆ ਲੋਕਾਂ ਨੂੰ, ਜਿਹੜਾ ਮਜ਼ਹਬਾਂ ਦੇ ਵਿੱਚ ਜਾਂ ਜਾਤਾਂ ਜਾਂ ਧਰਮ ਵਿੱਚ ਵੰਡ ਕੇ ਸ਼ਰਾਬ ਪਿਲਾ ਕੇ ਪੈਸੇ ਦੇ ਕੇ ਵੋਟਾਂ ਲੈਂਦੇ ਸੀ। ਇਹਦੇ ਨਾਲ ਇੱਕ ਡਿਵੈਲਪਮੈਂਟ ਸੰਬੰਧੀ ਹਰ ਇੱਕ ਪਾਰਟੀ ਨੂੰ ਸੋਚਣ ਲਈ ਮਜਬੂਰ ਹੋਣਾ ਪਏਗਾ। ਇਹ ਇਸ ਇਲੈਕਸ਼ਨ ਦਾ ਬਹੁਤ ਵੱਡਾ ਪ੍ਰਭਾਵ ਪੰਜਾਬ ਦੀ ਇਲੈਕਸ਼ਨ 'ਤੇ ਵੀ 2 ਸਾਲ ਬਾਅਦ ਹੋਣੀ ਹੈਗੀ ਆ। ਨਾਗਦਾ ਕੇਜਰੀਵਾਲ ਸਾਹਿਬ ਇੱਥੇ ਵੀ ਆਪਣੀ ਪੂਰੀ ਜਿਹੜਾ ਹੈਗਾ ਆਪ ਦੇ ਜਿਹੜੀ ਫੋਰਸ ਨਾਲ ਇੱਧਰ ਵੀ ਇੱਕ ਖਾਤਾ ਖੋਲ੍ਹ ਸਕਣਗੇ ਪੰਜਾਬ 'ਚ। ਆਓ ਸ਼ਰਧਾਲੂਆਂ ਨਾਲ ਗੱਲਬਾਤ ਕਰਦੇ ਹਾਂ। ਨਾ ਤੁਹਾਡਾ? ਜਗਤਾਰ ਸਿੰਘ ਜੀ। ਕਿੱਥੋਂ ਆਏ ਜਗਤਾਰ ਜੀ? ਡਿਸਟ੍ਰਿਕਟ ਅੰਮ੍ਰਿਤਸਰ, ਪਿੰਡ ਬੰਡਾਲਾ। ਪਿੰਡ ਬਰਨਾਲਾ? ਬੰਡਾਲਾ। ਬੰਡਾਲਾ, ਅੱਛਾ, ਅੰਮ੍ਰਿਤਸਰ 'ਚ। ਕਿੰਨੇ ਕੁ ਦੂਰ ਹੈ ਇੱਥੋਂ? ਇੱਥੋਂ 75 ਕਿਲੋਮੀਟਰ ਆ ਜੀ। ਟਵਾਟ ਤੋਂ ਅੰਮ੍ਰਿਤਸਰ? ਹਾਂਜੀ। ਅੱਛਾ, ਕੀ ਕੰਮ ਕਰਦੇ ਤੁਸੀਂ? ਪ੍ਰਾਈਵੇਟ ਜੋਬ ਹੈ ਜੀ। ਕਾਹਦੀ? ਬੈਸਟ ਪ੍ਰਾਈਜ਼ ਮਾਨਾ ਵਾਲਾ। ਹੈਂ? ਬੈਸਟ ਪ੍ਰਾਈਜ਼। ਬੈਸਟ ਪ੍ਰਾਈਜ਼, ਅੱਛਾ ਅੱਛਾ ਅੱਛਾ, ਗੁੱਡ। ਇਹ ਕੋਰੀਡੋਰ ਤੁਸੀਂ ਆਏ ਹੋ ਅੱਜ, ਕਿਹੋ ਜਿਹਾ ਲੱਗਾ? ਬਹੁਤ ਵਧੀਆ ਲੱਗਿਆ ਜੀ। ਮਨ ਖੁਸ਼ ਹੋ ਗਿਆ? ਬੁਰਾ ਮਨ ਖੁਸ਼ ਹੋ ਗਿਆ। ਅੱਛਾ, ਤੇ ਹੁਣ ਪਾਸਪੋਰਟ ਬਣਿਆ ਤੁਹਾਡਾ ਕਿ ਨਹੀਂ? ਪਾਸਪੋਰਟ ਬਣਿਆ। ਤੇ ਫਿਰ ਜਾਓ, ਫਿਰ ਕਿਹੜੀ ਗੱਲ ਹੈ? ਬਸ ਥੋੜੇ ਦਿਨ ਠਹਿਰ ਕੇ ਜਾਵਾਂਗੇ, ਜਿਵੇਂ ਧੁੰਦਾਂ ਦਾ ਮੌਸਮ ਘੱਟ ਹੁੰਦਾ, ਸ਼ਹਿਰ ਘੱਟ ਹੁੰਦਾ। ਅੱਛਾ ਅੱਛਾ, ਜ਼ਰੂਰ ਜਾਵਾਂਗੇ ਵੇਖਣ। ਉਹ ਤੋਂ ਬਾਅਦ 'ਚ ਜਾਓਗੇ? ਚਲੋ, ਆਲ ਰਾਈਟ, ਬੈਸਟ ਆਫ ਲੱਕ ਹੈ। ਓਕੇ, ਥੈਂਕ ਯੂ। ਦੋਸਤੋ, ਇਸ ਵਕਤ ਅਸੀਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਵਿਖੇ ਆਏ ਹੈਗੇ। ਇੱਥੇ ਦੇਖੋ ਕਾਰਾਂ ਵੀ ਕਾਫੀ ਲੱਗੀਆਂ ਹੈਗੀਆਂ, ਰਸ਼ ਕਾਫੀ ਹੈਗਾ। ਇੱਥੇ ਇੱਕ ਪੂਰਾ ਦਾ ਪੂਰਾ ਗਰੁੱਪ ਆਇਆ ਹੈਗਾ, ਲਹਿਰਾ ਗਾਗਾ, ਜ਼ਿਲ੍ਹਾ ਸੰਗਰੂਰ, ਮੈਡਮ ਰਜਿੰਦਰ ਕੌਰ ਭੱਠਲ ਦਾ ਇਲਾਕਾ ਹੈਗਾ। ਇਹ ਸਾਡੇ ਪੰਜਾਬ ਦੇ ਐਕਸ CM ਵੀ ਰਹਿ ਚੁੱਕੇ ਹੈਗੇ ਆ।
ਹਾਂ ਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਪਹਿਲਾਂ ਦੱਸੋ? ਕਰਮਜੀਤ ਸਿੰਘ ਜੀ। ਕਿੱਥੋਂ ਆਏ ਹੋ ਕਰਮਜੀਤ ਜੀ? ਘੋੜੇ ਲਾਲ ਜੀ। ਕਿੱਥੇ ਗਿਆ ਪਿੰਡ ਇਹ? ਇਹ ਲਹਿਰੇ ਕਾਗੇ ਦੇ ਨੇੜੇ। ਲਹਿਰੇ ਕਾਗੇ ਦੇ ਪਹਿਲਾਂ ਬਾਕੀ ਗੱਲ ਤਾਂ ਕੋਰੀਡੋਰ ਦੀ ਬਾਅਦ 'ਚ ਕਰਦੇ ਹਾਂ, ਪਹਿਲਾਂ ਲਹਿਰਾ ਗਾਗਾ ਦੀ ਕੋਈ ਗੱਪ ਛੱਪ ਸੁਣਾਓ, ਕਿੰਨੀ ਕੁ ਡਿਵੈਲਪਮੈਂਟ ਮੈਡਮ ਭੱਠਲ ਨੇ ਕੀਤੀ ਹੈ, ਕੀ ਇਸ ਵੇਲੇ ਹੁਣ ਕੈਪਟਨ ਅਮਰਿੰਦਰ ਦੀ ਸਰਕਾਰ ਜਦੋਂ ਦੀ ਆਈ ਆ ਕੋਈ ਕਿੰਨੀ ਕੁ ਤਰੱਕੀ ਹੋਈ ਆ ਜਾਂ ਨਹੀਂ ਹੋਈ ਹੈਗੀ, ਖੁੱਲ੍ਹ ਕੇ ਗੱਲ ਕਰੋ। ਠੀਕ ਚੱਲ ਰਿਹਾ ਜੀ, ਹਾਲੇ ਤਾਂ ਗਰਾਂਟਾਂ ਦਾ ਪ੍ਰੋਸੈਸ ਹੈ ਜਿਹੜਾ। ਅੱਛਾ, ਚੱਲੀ ਜਾ ਰਿਹਾ। ਅੱਛਾ, ਸਾਡੇ ਪਿੰਡ 'ਚ ਵੀ ਹੈ 50-60 ਲੱਖ ਦੀ ਗਰਾਂਟ ਆਈ ਹੈ। 50-60 ਕੀ ਬਣਾਇਆ ਤੁਸੀਂ? ਅਨਾਜ ਮੰਡੀ ਪੱਕੀ ਕਰਨੀ ਹੈ ਉੱਚੀ ਕਰਕੇ। MLA ਉਹ ਮੈਡਮ ਪੱਟੜੀ ਹੈ ਇਸ ਵੇਲੇ ਵੀ? ਪਰਮਿੰਦਰ ਸਿੰਘ ਜੀ। ਅੱਛਾ, ਢੀਂਡਸਾ ਸਾਹਿਬ। ਗੁੱਡ ਗੁੱਡ। ਅੱਛਾ ਅੱਛਾ, ਹਾਂ ਠੀਕ ਠੀਕ। ਤੇ ਬਾਕੀ ਇੱਕ ਪੈਲਸ ਦਾ ਪ੍ਰੋਗਰਾਮ ਚੱਲ ਰਿਹਾ। ਅੱਛਾ ਅੱਛਾ। ਤੇ ਇੱਕ ਪਿੰਡ ਵਾਸਤੇ ਆਲੇ ਦਾਲੇ ਉਹਦੀ ਕਵਰ ਅਪ ਕਰਨ ਵਾਸਤੇ ਸਿਕਿਉਰਿਟੀ ਕੈਮਰੇ ਲਗਾਏ ਗਏ ਨੇ ਸਾਰੇ ਪਿੰਡ ਦੇ। ਅੱਛਾ, ਸੀਸੀ। ਅੱਛਾ, ਕੈਮਰੇ ਕਿੰਨੇ ਕੁ ਲਾਏ ਕੈਮਰੇ? ਕੈਮਰੇ 28-30 ਕੈਮਰਿਆਂ ਦਾ ਪ੍ਰੋਜੈਕਟ। ਇਹ ਮਤਲਬ ਪੰਜਾਬ ਗਵਰਨਮੈਂਟ ਦੀ ਗ੍ਰਾਂਟ ਨਾਲ ਇਹ ਹੋਇਆ? ਨਹੀਂ ਨਹੀਂ, ਇਹ ਪਿੰਡ ਦੇ ਮਤਲਬ ਪੰਚਾਇਤੀ ਫੰਡ ਚੋਂ ਹੋਇਆ। ਬਹੁਤ ਅੱਛਾ। ਇਹ ਦੇਖੋ ਜੇ ਉਹ ਮੈਨੂੰ ਪਹਿਲੀ ਵਾਰੀ ਗਏ ਵੀ ਜੇ ਪਿੰਡਾਂ ਵਿੱਚ CCTV ਕੈਮਰੇ ਲੱਗ ਜਾਣ ਤਾਂ ਐਟਲੀ ਕ੍ਰਾਈਮ ਹੋ ਜਾਏਗਾ, ਕ੍ਰਾਈਮ ਨਹੀਂ ਹੋਏਗਾ, ਬੰਦ ਹੋ ਜਾਏਗਾ। ਇਹ ਜਿਹੜੀ ਅਸੀਂ ਜਿਹੜੀ ਹੈਗੀ ਹੈ ਸਾਡੀ ਚੋਣ ਮੈਨੀਫੈਸਟੋ ਸੀ ਜਿਹੜਾ ਸਰਪੰਚੀ ਦੀ ਜਿਹੜੀ ਚੋਣ ਸੀ। ਅੱਛਾ, ਉਹਦੇ ਵਿੱਚ ਅਸੀਂ ਵਾਅਦਾ ਕੀਤਾ ਸੀ ਇਹ, ਕਿਉਂਕਿ ਉਸ ਟਾਈਮ ਤੇ ਸਾਡੇ ਪਿੰਡ ਚੋਂ ਮੱਝਾਂ ਦੀ ਚੋਰੀ ਹੋ ਗਈ ਸੀ। ਅੱਛਾ, ਕਿੰਨੀਆਂ ਕੁ ਮੱਝਾਂ ਦੀ? 5-6 ਮੱਝਾਂ ਕਿਸੇ ਗਰੀਬ ਪਰਿਵਾਰ ਦੀਆਂ ਸੀ, ਉਹ ਸਾਰੀਆਂ ਦੀ। ਅੱਜ ਕੱਲ ਮੱਝ ਵੀ ਲੱਖ ਰੁਪਏ ਦੀ ਹੈ ਨਾ? ਹਾਂ, ਉਹ ਸਾਰੀਆਂ ਮੱਝਾਂ ਚੋਰੀ ਹੋ ਗਈਆਂ ਸੀ। ਅੱਛਾ, ਤੇ ਉਹ ਕੁਦਰਤੀ ਉਸ ਟਾਈਮ ਤੇ ਚੋਣਾਂ ਦਾ ਟਾਈਮ ਸੀ। ਅੱਛਾ, ਤੇ ਅਸੀਂ ਫਿਰ ਉਹ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਪਾਇਆ ਸੀ ਵੀ ਅਸੀਂ ਪਿੰਡ ਦੀਆਂ ਜਿੰਨੀਆਂ ਵੀ ਮੇਨ ਐਂਟਰੀਆਂ ਨੇ ਸਾਰੀਆਂ ਐਂਟਰੀਆਂ ਤੇ ਕੈਮਰੇ ਲਗਾਵਾਂਗੇ, ਤੇ ਉਹਦੇ ਵਾਸਤੇ ਇੱਕ ਪਿੰਡ ਦੇ ਵਿੱਚ ਹੈੱਡਕੁਆਟਰ ਬਣਾਵਾਂਗੇ। ਅੱਛਾ ਅੱਛਾ। ਉਹਦੇ ਹੈੱਡਕੁਆਟਰ ਦੇ ਉੱਪਰ ਇੱਕ ਬੰਦਾ ਰੱਖਿਆ ਜਾਊਗਾ ਰਾਤ ਨੂੰ, ਜਿਹੜਾ ਕਿ 24 ਘੰਟੇ ਆਨਲਾਈਨ ਉਹਦੀ ਨਿਗਰਾਨੀ ਕਰੇਗਾ। ਕੰਟਰੋਲ ਰੂਮ ਟਾਈਪ ਬਣਾ ਕੇ ਨਾ? ਕੰਟਰੋਲ ਰੂਮ ਬਣਾਇਆ ਤੇ ਉਹਨੂੰ ਅਸੀਂ ਨੇ ਮਤਲਬ ਇੱਕ ਸਾਇਰਨ ਵੀ ਦਿੱਤਾ ਹੈ। ਅੱਛਾ ਅੱਛਾ। ਤੇ ਉਹਦਾ ਉਦਘਾਟਨ ਹੈ ਜਿਹੜਾ, ਅਸੀਂ ਕੋਸ਼ਿਸ਼ ਕਰਾਂਗੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਅਸੀਂ ਕਰਵਾ ਦਈਏ। ਇਹ ਤਾਂ ਹੁਣ ਆਪਣੇ ਆਉਣੇ ਵਾਲੇ। ਹਾਂ, 5-6 ਕੰਮ ਚੱਲ ਰਿਹਾ ਉਹਦਾ। ਗੁੱਡ ਗੁੱਡ। ਇੱਕ ਦੋ ਜਗ੍ਹਾ ਤੇ ਕੈਮਰੇ ਲੱਗ ਵੀ ਗਏ, ਬਾਕੀ ਅਸੀਂ ਤਿਆਰ ਕਰਵਾ ਰਹੇ ਹਾਂ। ਅੱਛਾ ਅੱਛਾ। ਤੇ ਕੋਸ਼ਿਸ਼ ਕਰਾਂਗੇ ਵੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਤੇ ਅਸੀਂ ਉਹਨੂੰ ਕਰ ਦਈਏ ਸ਼ੁਰੂਆਤ, ਤੇ ਹੋ ਸਕਿਆ ਤਾਂ 1-2 ਦਿਨ ਲੇਟ ਹੋ ਗਏ ਤਾਂ ਚਲੋ ਮੰਨ ਲਓ 10 ਤਰੀਕ ਤੋਂ ਪਹਿਲਾਂ ਇਹਨੂੰ ਅਸੀਂ। ਚਲੋ, ਇਹ ਬਹੁਤ ਅੱਛਾ ਲੱਗਾ ਮੈਨੂੰ। ਜੇ ਦਰਸ਼ਕ ਸਾਡੇ ਸੁਣ ਰਹੇ ਆ ਪੰਜਾਬ ਦੇ ਹੋਰ ਵੀ ਜਿਹੜੇ ਪਿੰਡਾਂ ਵਿੱਚ ਇੱਦਾਂ ਦੇ ਉਹ ਪੰਚਾਇਤੀ ਫੰਡ 'ਚੋਂ ਜਾਂ ਲੋਕ ਵਿੱਚ ਬੜੇ ਅੱਛੇ ਦਾਨ ਕਰਨੇ ਵਾਲੇ ਪੰਜਾਬ 'ਚ ਬੈਠੇ ਹੈਗੇ, CCTV ਕੈਮਰੇ ਲੱਗ ਜਾਣ। ਹੋਰ ਤੁਸੀਂ ਇਹ ਕਲੱਬ ਜਿਹੜਾ, ਕਲੱਬ ਦਾ ਨਾਂ ਕੀ ਜਿਹੜਾ ਤੁਸੀਂ ਬਣਾਇਆ ਹੈਗਾ? ਸਾਡਾ ਹੈਗਾ ਸੁਤੰਤਰਤਾ ਸੰਗਰਾਮੀ ਬਾਬਾ ਮੇਹਰ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ। ਅੱਛਾ, ਵੈਰੀ ਗੁੱਡ। ਕਦੋਂ ਕਦੋਂ ਬਣਿਆ ਹੈਗਾ? ਇਹਨੂੰ ਹੋ ਗਏ ਤਕਰੀਬਨ 2006 'ਚ। ਅੱਛਾ ਅੱਛਾ। ਤੁਸੀਂ ਕੀ ਹੋ ਉਹਦੇ? ਮੈਂ ਪ੍ਰਧਾਨ ਹਾਂ। ਅੱਛਾ, ਪ੍ਰਧਾਨ ਹੋ, ਵੈਰੀ ਗੁੱਡ, ਸ਼ਾਬਾਸ਼, ਆਲ ਦਾ ਬੈਸਟ। ਹੁਣ ਤੁਸੀਂ ਅੱਜ ਇੱਥੇ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਵਿਖੇ ਆਏ ਹੋ, ਇਹ ਪਹਿਲਾਂ ਦੱਸੋ ਕੋਰੀਡੋਰ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰੀ। ਕੀ ਤੁਹਾਡੀ ਫੀਲਿੰਗ ਹੈ, ਕੀ ਕਹਿਣਾ ਚਾਹੁੰਦੇ ਕੋਰੀਡੋਰ ਬਾਰੇ? ਫੀਲਿੰਗ ਸਾਡੀ ਬਹੁਤ ਵਧੀਆ ਜੀ, ਦੇਖ ਕੇ ਸਾਨੂੰ ਵਧੀਆ ਲੱਗਿਆ। ਅੱਛਾ, ਪਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਅਸੀਂ ਜਾ ਕੇ ਦਰਸ਼ਨ ਕਰੀਏ, ਇਹ ਸਾਡੀ ਮਨਸਾ ਪੂਰੀ ਨਹੀਂ ਹੋ ਸਕੀ। ਹਾਂਜੀ। ਤੇ ਅਸੀਂ ਦੂਰਬੀਨ ਰਾਹੀਂ ਦੇਖਿਆ, ਚਲੋ ਕੁਛ ਨਾ ਕੁਛ ਗੁਰੂ ਦਾ ਘਰ ਦੇਖਿਆ, ਸਾਡੇ ਮਨ ਨੂੰ ਤਸੱਲੀ ਹੋਈ। ਨਹੀਂ, ਹੁਣ ਤੁਹਾਨੂੰ ਪਤਾ ਲੱਗ ਗਿਆ ਮਤਲਬ ਆਨਲਾਈਨ ਬੁਕਿੰਗ ਕਰਾ ਕੇ ਇਹ ਜਾਣਾ ਪੈਣਾ ਹੈਗਾ? ਹਾਂਜੀ ਹਾਂਜੀ, ਉਹ ਫਿਰ ਅਸੀਂ ਨੈਕਸਟ ਟਾਈਮ ਅਗਲੀ ਵਾਰ ਜਦੋਂ ਆਵਾਂਗੇ ਪਲੈਨਿੰਗ ਕਰਕੇ ਆਵਾਂਗੇ। ਅੱਛਾ ਅੱਛਾ। ਤੇ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਦਰਸ਼ਨ ਜ਼ਰੂਰ ਕਰਕੇ ਆਈਏ ਜਾ ਕੇ। ਅੱਛਾ ਅੱਛਾ। ਚਲੋ, ਆਲ ਦਾ ਬੈਸਟ। ਇਹ ਕੋਰੀਡੋਰ ਅੱਜ ਤੁਸੀਂ ਆਏ ਹੋ, ਇਹ ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ। ਮਨ ਖੁਸ਼ ਹੋ ਗਿਆ ਕਿਵੇਂ? ਬੜਾ ਖੁਸ਼ ਹੋ ਗਿਆ ਜੀ। ਅੱਛਾ, ਕੀ ਕੀ ਦਿੱਕਤ? ਹਾਂ, ਲੇਕਿਨ ਕੁਝ ਦਿੱਕਤਾਂ ਹੈਗੀਆਂ ਨੇ, ਅਸੀਂ ਚਾਹੁੰਦੇ ਆ ਵੀ ਉਹ ਵੀ ਦੂਰ ਹੋ ਜਾਣ। ਦੱਸੋ ਦੱਸੋ ਸਰਕਾਰ ਦੇ ਨੋਟਿਸ। ਜਿਸ ਤਰ੍ਹਾਂ ਕਿ ਹੁਣ ਦੇਖੋ ਜੀ, ਜਿਹੜੀ ਆਨਲਾਈਨ ਬੁਕਿੰਗ ਇਹਨਾਂ ਨੇ ਦੱਸੀ ਹੈ, ਇਹ ਹੋਣੀ ਚਾਹੀਦੀ ਹੈ, ਸਹੀ ਗੱਲ ਹੈ ਵੀ ਬੰਦੇ ਪੂਰੇ ਪੂਰੇ ਜਾਣ ਆਨਲਾਈਨ ਹੋ ਕੇ, ਲੇਕਿਨ ਪਰ ਇਹਦੇ 'ਚ ਕਿਹਨਾਂ ਨੇ ਪੰਗਾ ਰੱਖ ਦਿੱਤਾ ਵੀ ਪਾਸਪੋਰਟ, ਪਾਸਪੋਰਟ ਜਿਹੜੇ ਪੁਰਾਣੇ ਲੋਕ ਨੇ ਦੇਖਣਾ ਚਾਹੁੰਦੇ ਨੇ, ਜਾਣਾ ਚਾਹੁੰਦੇ ਨੇ ਕਰਤਾਰਪੁਰ, ਜਾਣਾ ਚਾਹੁੰਦੇ ਨੇ ਜੀ, ਉਹ ਗੁਰੂ ਦੀ ਨਗਰੀ ਦਰਸ਼ਨ ਕਰਨਾ ਚਾਹੁੰਦੇ ਨੇ, ਲੇਕਿਨ ਜਿਹੜੇ ਯੰਗ ਨੇ ਜਾਂ ਕੋਈ ਬਾਹਰ ਜਾਣ ਵਾਲੇ ਜਾਂ ਪੜ੍ਹੇ ਲਿਖੇ ਨੇ, ਉਹ ਤਾਂ ਪਾਸਪੋਰਟ ਕਰਾ ਲੈਣਗੇ, ਲੇਕਿਨ ਬਾਕੀ ਦੀ ਜੋ ਅਨਪੜ੍ਹ ਜੋ ਪੁਰਾਣੇ ਨੇ ਮਤਲਬ ਬਜ਼ੁਰਗ ਨੇ ਸਾਡੇ, ਉਹ ਤਾਂ ਫਿਰ ਰਹਿ ਜਾਣਗੇ ਜੀ ਇਸ ਤੋਂ, ਉਹਨਾਂ ਦੇ ਦਿਲ 'ਚ ਫਿਰ ਖੁਆਇਸ਼ ਰਹਿ ਜੂ। ਅਸੀਂ ਚਾਹੁੰਦੇ ਹਾਂ, ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਕਿ ਪਾਸਪੋਰਟ ਦਾ ਫੰਦਾ ਮੁਕਾ ਕੇ, ਜਿਸ ਤਰ੍ਹਾਂ ਕਿ ਆਪਣੇ ਆਈਡੈਂਟੀਫਿਕੇਸ਼ਨ ਦੇ ਜੋ ਆਧਾਰ ਕਾਰਡ ਹੋ ਜਾਵੇ, ਡਰਾਈਵਿੰਗ ਲਾਇਸੈਂਸ ਜਾਂ ਕੋਈ ਹੋਰ, ਹਾਂਜੀ, ਇਹਨਾਂ ਦੇ ਆਧਾਰ ਤੇ ਜਾਂ ਫਿਰ ਆਪਣੇ ਵੋਟਰ ਕਾਰਡ ਦੇ ਆਧਾਰ ਤੇ, ਇਹਨਾਂ ਦੇ ਆਧਾਰ ਤੇ ਆਨਲਾਈਨ ਬੁਕਿੰਗ ਕਰਕੇ ਸਭ ਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ। ਚਲੋ, ਬਹੁਤ ਅੱਛਾ ਰੱਖਦੇ ਹਾਂ ਜੀ, ਬਹੁਤ ਅੱਛਾ। ਵੈਸੇ ਜਿੰਨਾ ਵੀ ਉਪਰਾਲਾ ਕੀਤਾ ਸਰਕਾਰ ਨੇ, ਸਿੱਧੂ ਸਾਹਿਬ ਨੇ ਜਾਂ ਇਮਰਾਨ ਖਾਨ ਸਾਹਿਬ ਨੇ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਤੇ ਜਿਹੜੇ ਲੋਕਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੇ ਸੁਭਾਗੇ ਨੇ ਉਹ ਜੀ, ਅਸੀਂ ਵੀ ਆਪਦੇ ਆਪ ਨੂੰ ਚੰਗਿਆ ਸਮਝਦੇ ਹਾਂ ਕਿ ਅਸੀਂ ਇੱਥੇ ਦਰਸ਼ਨ ਕਰਨ ਪਹੁੰਚੇ ਹਾਂ। ਚਲੋ, ਜਿੰਨਾ ਵੀ ਹੋ ਸਕਿਆ
थैंक यू जी। हाँ जी भाई साहब की ना थोड़ा? गगनप्रीत सिंह बेदी साहब। बेदी साहब थोड़ी शॉप तो बहुत वधिया हैगी आ, काफ़ी तुसी वरायटी रखी हैगी आ कपड़िया की। जदों का करतारपुर कोरीडोर शुरू होया हैगा ये एक्सपैक्ट किया जाता सी भी रौनक मेला बढ़ेगा थोड़े शहर से, ये बड़ा ठंडा ठंडा लगता काम की कहना चाहते? कोई फर्क नहीं पाया सर कोरीडोर खुलने तो पता क्यों तो कोरीडोर तो पहला सगो रौनक ज़्यादा सी हूँ बिल्कुल रौनक घट गई है। उदों लोगों के उत्साह से ना हूँ बिल्कुल कोई फर्क नहीं, कारोबार इस तो भी अगर डाउन गया जी, पहला तो भी कारोबार डाउन है। की कारण की ये तो हूँ का रीजन नहीं पता जी की है जी, ये तो हूँ एक तो वही सड़क बनाया जरा रोड आ कोरीडोर मेन कोरीडोर वो बहुत गलत बनया, वो चाहिए सी दरबार साहब के पिछों की जरा भी अच्छा मेन जो उस साइड तो चाहते हाँ जी, क्योंकि जिन्हें भी यात्रु आते दरबार साहब तो बिल्कुल होके नहीं जा रहे, बारो बार ही आते बारो बार ही चले जाते। अच्छा हाँ बारो बार ही आते बारो बार बारो बार ही चले जाते, दरबार साहब तो इतने आते ही नहीं जी, टूरिस्ट कोई आ ही नहीं जा। आस उम्मीद की जाती थी पहला जिमें 5,000 श्रद्धालु जाएगा, नहीं नहीं इतने फिर नाल जो बाजार घूमेगा सड़क से कोई शॉपिंग होएगी कोई चीज लेगा कोई गिफ्ट लेगा इदा की कोई गल कोई चक्कर नहीं सर यह कोई गल ही नहीं यह बिल्कुल डाउन है करो कोई 5,000 श्रद्धालु वाला तो चक्कर भी देख लो आप ही कोई चक्कर ही नहीं है। की कहना चाहते सरकार नूं कुछ कोरीडोर पिकअप होवे जो श्रद्धालुओं दी मुश्किलां ने उन्हां वास्ते जो पासपोर्ट की शर्त खत्म की जाए थोड़ी फीस घटाई जाए तो उहदे नाल थोड़ा टूरिस्ट नूं ज्यादा आए तो फिर ही कारोबार नूं फर्क पएगा नहीं तो कोई फर्क नहीं तो कोई फर्क नहीं। सो दर्शको ये तुसीं देख लो ग्राउंड रियलिटी दे कितना अच्छी दुकान बनाई हुई हैगी और लगभग गाहक ही है नहीं कोई भी कोई बाजार बिल्कुल डाउन है। चलो मेहरबानी थैंक यू। पंज गुरद्वारा करतारपुर साहब जिहड़े श्रद्धालु जांदे आ पाकिस्तानी आवाम नूं मिल के बहुत खुश हुंदे आ और एक वधिया माहौल। हाँ जी हाँ जी की नाम भाई साहब थोड़ा? तरनदीप सिंह। कित्थों आए हो तरनदीप? दिल्लीओं। अच्छा ये पहली बारी कोरीडोर राही आए हो? हाँ जी पहली बारी है जी। किदां ये हुण इस वेले असीं गुरद्वारा करतारपुर साहब के सुशोभित आ अपने गुरद्वारा साहब तुसीं देखिया हैगा? हाँ जी। ਤੇ ਕਿਤਾ ਮਨ ਖੁਸ਼ ਹੋ ਗਿਆ? ਬਹੁਤ ਵਧੀਆ ਜੀ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਕੀ ਦੇਖਿਆ ਹੈਗਾ ਇੱਥੇ? ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੈ, ਦੀਵਾਨ ਸਾਹਿਬ ਸੀ ਉਹਦੇ ਦਰਸ਼ਨ ਕੀਤੇ ਹੈ। ਅੱਛਾ ਤੇ ਉਸ ਤੋਂ ਬਾਅਦ ਫਿਰ ਬਸ ਲੰਗਰ ਛੱਕ ਕੇ ਹੁਣ ਜਾਣ ਲੱਗਿਆ। ਹੁਣ ਜਾਣ ਲੱਗਿਆ ਨਾਲ ਹੋਰ ਕੌਣ ਕੌਣ ਆਏ ਤੁਹਾਡੇ? ਮਾਸੀ ਤੇ ਮੇਰੇ ਕਜ਼ਨ ਹੈਗੇ ਆ ਨਾਲ। ਅੱਛਾ ਅੱਛਾ ਤੇ ਬੁਕਿੰਗ ਕਦੋਂ ਕਰਾਈ ਸੀ ਇਹ ਤੁਸੀਂ ਮੈਨੂੰ ਦੱਸੋ? 15-16 ਤਰੀਕ ਨੂੰ ਕਰਾਈ ਸੀ। 15-16 ਨੂੰ ਕਰਾਈ ਸੀ। ਵੈਰੀਫਿਕੇਸ਼ਨ ਹੁੰਦੀ ਹੈ ਹਫਤੇ ਭਰ ਦਾ ਪ੍ਰੋਸੈਸ ਹੈ। ਹਫਤੇ ਦਾ ਵੈਰੀਫਿਕੇਸ਼ਨ ਦਾ ਪ੍ਰੋਸੈਸ ਤੇ ਕੰਮ ਕਰ ਕੀ ਕਰਦੇ ਹੋ ਤੁਸੀਂ? ਮੇਰੀ ਜੌਬ ਹੈ ਜੀ ਇੰਜੀਨੀਅਰ ਆ। ਅੱਛਾ ਵੈਰੀ ਗੁੱਡ। ਕਿੱਥੇ? ਨੋਇਡਾ ਕੰਪਨੀ 'ਚ। ਨੋਇਡਾ ਕੰਪਨੀ 'ਚ। ਅੱਛਾ ਜਿਹੜੇ ਹੋਰ ਸਾਡੇ ਸਿੱਖ ਲੋਕ ਜਿਹੜੇ ਪੰਜਾਬ 'ਚੋਂ ਦਿੱਲੀ 'ਚੋਂ ਜਾਂ ਇੰਡੀਆ 'ਚੋਂ ਵਰਲਡ 'ਚੋਂ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਕੀ ਸੁਨੇਹਾ ਦੇਣਾ ਚਾਹੁੰਦੇ ਆ? ਈਜ਼ੀ ਪ੍ਰੋਸੈਸ ਹੈ ਕੋਈ ਬਹੁਤ ਡਿਫੀਕਲਟ ਨਹੀਂ ਹੈਗਾ। ਹਾਂਜੀ। ਅਤੇ ਆਉਣਾ ਈਜ਼ੀ ਵੀ ਹੈ ਕੋਈ ਬਹੁਤਾ ਡਿਫੀਕਲਟ ਚੀਜ਼ ਨਹੀਂ ਹੈਗੀ ਇੱਥੇ ਆਉਣਾ। ਅੱਛਾ। ਅਤੇ ਸਾਰੇ ਉਹਨੂੰ ਇੱਕ ਵਾਰੀ ਆਪਣੀ ਲਾਈਫ 'ਚ ਆਉਣਾ ਚਾਹੀਦਾ, ਹੁਣ ਅਪਰਚੁਨਿਟੀ ਮਿਲੀ ਹੈ ਇੱਥੇ। ਇੱਥੋਂ ਦੇ ਪਾਕਿਸਤਾਨ ਦੇ ਆਵਾਮ ਨੂੰ ਪਾਕਿਸਤਾਨ ਦੇ ਲੋਕਾਂ ਨੂੰ ਵੀ ਮਿਲੇ ਉਹਨਾਂ ਨਾਲ ਕੀ ਤੁਹਾਨੂੰ? ਕਾਫੀ ਵਧੀਆ ਲੋਕ ਨੇ ਸਾਰੇ ਇੰਟਰੈਕਟ ਕਰਦੇ ਆ। ਅੱਛਾ। ਵਧੀਆ ਲੋਕ ਨੇ ਵਧੀਆ ਪੇਸ਼ ਆਉਂਦੇ ਆ ਅਤੇ ਨੇਚਰ ਵੀ ਵਧੀਆ। ਅੱਛਾ ਅੱਛਾ ਚਲੋ ਵਧੀਆ ਥੈਂਕ ਯੂ ਵੈਰੀ ਮਚ ਥੈਂਕ ਯੂ। ਸਰ ਰਣਜੀਤ ਸਿੰਘ ਜੀ ਤੁਸੀਂ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਬਤੌਰ ਮੈਨੇਜਰ ਦੀ ਸੇਵਾ ਨਿਭਾ ਰਹੇ ਹੋ। ਇੱਥੇ ਜਿਨ੍ਹਾਂ ਨੇ ਸ਼ਰਧਾਲੂਆਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਾ ਹੈਗਾ ਕੋਈ ਬੁਕਿੰਗ ਦੀਆਂ ਜਾਂ ਇਸ ਤਰ੍ਹਾਂ ਦੀਆਂ ਗਾਈਡੈਂਸ ਦੀਆਂ ਕੋਈ ਫੈਸਿਲਿਟੀਜ਼ ਰੱਖੀਆਂ ਤੁਸੀਂ? ਹਾਂਜੀ ਪਿਛਲੇ ਸਾਲ ਜੋ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਜੀ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਹੈਗਾ ਸੀ ਉਦੋਂ ਜੀ। ਹਾਂਜੀ। ਪਰੰਤੂ ਕੁਝ ਕਾਰਨਾਂ ਕਰਕੇ ਸੰਗਤ ਬਹੁਤ ਘੱਟਦੀ ਘੱਟ ਗਈ, ਹੁਣ ਤਕਰੀਬਨ 250 ਦੇ ਕਰੀਬ ਜਾਂਦਾ ਜੀ। ਹਾਂਜੀ ਹਾਂਜੀ। ਅਤੇ ਸੰਗਤਾਂ ਜੋ ਪੁੱਛੀ ਤਾਂ ਕਿ ਕੋਈ ਮੁਸ਼ਕਿਲ ਆ ਉਹਨਾਂ ਇਹ ਮੁਸ਼ਕਿਲ ਵੱਡੀ ਦੱਸੀ ਜਾਂਦੀ ਹੈ ਸਾਨੂੰ ਪਾਸਪੋਰਟ ਸਾਡੇ ਕੋਲ ਨਹੀਂ ਹੈਗੇ ਜੀ। ਹਾਂਜੀ ਹਾਂਜੀ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਦਾਇਤਾਂ ਅਨੁਸਾਰ ਪ੍ਰਧਾਨ ਸਾਹਿਬ ਦੇ ਅਨੁਸਾਰ ਇੱਥੇ ਬੁਕਿੰਗ ਲਈ ਕਾਊਂਟਰ ਖੋਲ੍ਹਿਆ ਗਿਆ ਵਾ, ਉਹ ਵੀ ਆਦਮੀ ਕਿਸੇ ਟਾਈਮ ਆ ਕੇ ਇੱਥੇ ਬੁਕਿੰਗ ਕਰਾ ਸਕਦਾ ਜਾਣ ਵਾਸਤੇ ਜੀ। ਅੱਛਾ ਅੱਛਾ ਇਹ ਅੱਛੀ ਗੱਲ ਆ, ਮਤਲਬ ਪਹਿਲਾਂ ਲੋਕ ਕੰਪਲੇਂਟ ਕਰਦੇ ਸੀ ਵੀ ਉੱਥੇ ਡੇਰਾ ਬਾਬਾ ਨਾਨਕ ਇੱਦਾਂ ਦਾ ਕੋਈ ਬੁਕਿੰਗ ਕਾਊਂਟਰ ਨਹੀਂ ਹੈਗਾ, ਅਤੇ ਹੁਣ ਜਿਸ ਕਿਸੇ ਨੇ ਵੀ ਕੋਈ ਬੁਕਿੰਗ ਕਰਾਉਣੀ ਹੈਗੀ ਉਹਦੇ ਲਈ ਕੀ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਇਹ ਵੀ ਦੱਸ ਦਿਓ? ਇੱਕ ਪਾਸਪੋਰਟ ਅਤੇ ਇੱਕ ਆਧਾਰ ਕਾਰਡ ਜੀ। ਪਾਸਪੋਰਟ ਆਧਾਰ ਕਾਰਡ? ਹਾਂਜੀ ਹਾਂਜੀ। ਉਹ ਲੈ ਕੇ ਦਿਨ ਵੇਲੇ ਆਪਣੇ ਵਰਕਿੰਗ ਟਾਈਮ ਵਿੱਚ ਆ ਜਾਵੇ ਅਤੇ ਉਹਦੀ ਬੁਕਿੰਗ ਹੋ ਜਾਵੇ, ਤੁਰੰਤ ਬੁਕਿੰਗ ਕੀਤੀ ਜਾਂਦੀ ਹੈ। ਅੱਛਾ ਚਲੋ ਬਹੁਤ ਅੱਛੀ ਗੱਲ। ਇੱਕ ਇਹਦੇ ਨਾਲ ਨਾਲ ਤੁਸੀਂ ਆਪਣੇ ਵੱਲੋਂ ਸ਼ਰਧਾਲੂ ਹੋਰ ਵੱਧ ਜਾਣ ਮੇਰੇ ਖਿਆਲ ਜਿੰਨੀ ਕੁ ਮੇਰੀ ਨੌਲੇਜ ਆ
ਸ਼੍ਰੋਮਣੀ ਕਮੇਟੀ ਨੇ ਪੂਰੇ ਪੰਜਾਬ ਵਿੱਚ 35-36 ਕਾਊਂਟਰ ਹੋਰ ਜਗ੍ਹਾ ਵੀ ਖੋਲ੍ਹੇ ਹੈਗੇ ਆ ਅਤੇ ਇਹਦੀ ਗਿਣਤੀ ਹੋਰ ਵੱਧ ਜਾਵੇ ਕੋਈ ਤੁਸੀਂ ਪਾਸਪੋਰਟ ਸੰਬੰਧੀ ਜਾਂ ਕੋਈ ਹੋਰ ਇੱਦਾਂ ਦੀ ਕੋਈ ਸੁਝਾਅ ਸਰਕਾਰ ਨੂੰ ਜਾਂ ਕੀ ਦੇਣਾ ਚਾਹੁੰਦੇ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਜਾਵੇ ਹਾਂਜੀ ਅਤੇ ਸਿਰਫ ਆਧਾਰ ਕਾਰਡ 'ਤੇ ਇਹ ਬੁਕਿੰਗ ਸ਼ੁਰੂ ਕੀਤੀ ਜਾਵੇ ਜੀ ਹਾਂਜੀ ਫਿਰ ਗਿਣਤੀ 'ਚ ਕਾਫੀ ਵਾਧਾ ਹੋ ਸਕਦਾ ਫਿਰ 5,000 ਜਿਹੜੀ ਗਿਣਤੀ ਮੇਰੇ ਹੋ ਸਕਦਾ 5 ਤੋਂ ਵੀ ਵੱਧ ਸਕਦੀ ਫਿਰ ਗਿਣਤੀ ਜੇ ਇਕੱਲੇ ਆਧਾਰ ਕਾਰਡ 'ਤੇ ਬੁਕਿੰਗ ਹੋਵੇ ਚਲੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ